ਹੁਣ ਪਿੱਤੇ ਦੀ ਪੱਥਰੀ ਕਢਵਾਉਣ ਲਈ ਚੰਗੀ ਖਬਰ ਹੈ ਕਿਉਂਕਿ ਹੁਣ ਲੈਪਰੋਸਕੋਪੀ ਰਾਹੀਂ ਤੁਹਾਡੀ ਸਰਜਰੀ ਵੀ ਹੋ ਜਾਵੇਗੀ ਤੇ ਪੇਟ ਤੇ ਕੋਈ ਨਿਸ਼ਾਨ ਵੀ ਨਹੀਂ ਆਵੇਗਾ। ਇਸੇ ਕਰਕੇ ਡਾਕਟਰ GR ਵਰਮਾ ਨੇ ਇਸ ਨੂੰ ਬਿਕਨੀ ਲੈਪਰੋਸਕੋਪੀ ਦਾ ਨਾਮ ਦਿੱਤਾ ਹੈ। ਅੱਜ ਇਸੇ ਸਰਜਰੀ ਬਾਰੇ IVY ਹਸਪਤਾਲ ਦੇ ਸੀਨੀਅਰ ਸਰਜਨ ਡਾਕਟਰ GR ਵਰਮਾ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਇਹ ਸਰਜਰੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤੇ ਮਰੀਜ਼ ਦੂਜੇ ਦਿਨ ਘਰ ਜਾ ਸਕਦਾ ਹੈ ਤੇ ਇਹ ਸਰਜਰੀ ਹਰ ਉਮਰ ਵਿੱਚ ਕੀਤੀ ਜਾ ਸਕਦੀ ਹੈ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਸ ਵਿਸ਼ੇ ਦੇ ਆਪਾਂ ਅਸੀਂ ਹਮੇ ਇਕੱਠੇ ਹੋਏ ਹੈ, ਬੇਸਿਕਲੀ ਜੀ ਬਿਕਨੀ ਜੋ ਲੈਪਰੋਸਕੋਪੀ ਹੈ, ਬੇਸਿਕਲੀ ਜੀ ਹੈ ਕਿਆ ਹੈ? ਇਹ ਬਿਕਨੀ ਜੋ ਹੈ ਹਮਾਰੀ ਇਹ ਪਿੱਤੇ ਕੀ ਪੱਥਰੀ ਨਿਕਾਲਨੇ ਕੇ ਲੀਏ ਇੱਕ ਟੈਕਨੀਕ ਹੈ ਜਿਸਮੇ ਕਿ ਇੰਸੀਜਨ ਹਮ ਐਸੀ ਜਗ੍ਹਾ ਪਰ ਲਗਾਤੇ ਹੈ, ਇਤਨੇ ਨੀਚੇ ਲਗਾਤੇ ਹੈ ਕਿ ਈਵਨ ਅਗਰ ਕੋਈ ਬਿਕਨੀ ਪਹਿਨੇ ਤੋ ਉਸਕੇ ਬਾਅਦ ਵੀ ਇੰਸੀਜਨ ਨਜ਼ਰ ਨਹੀਂ ਆਤੇ ਹੈ, ਇਤਨੇ ਨੀਚੇ ਲਗਾਤੇ ਹੈ, ਕੇਵਲ ਹੱਡੀਓ ਕੇ ਉੱਪਰ ਲਗਾਤੇ ਹੈ, ਜਿਸਸੇ ਕਿ ਆਪਰੇਸ਼ਨ ਕਰਨੇ ਕੇ ਬਾਅਦ ਇਹ ਇੰਸੀਜਨ ਬਿਲਕੁਲ ਪੇਟ ਮੇਂ ਦਿਖਣ ਨਜ਼ਰ ਨਹੀਂ ਆਤੇ ਹੈ। ਜੀ, ਜੈਸੇ ਲੈਪਰੋਸਕੋਪੀ ਆਮ ਪਹਿਲੇ ਹੋਤੀ ਹੈ, ਜੈਸੇ 4 ਸੁਰਾਖ ਹੋਤੇ ਹੈ ਨਾ, ਤੋ ਇਸਮੇਂ ਵੀ 4 ਹੀ ਹੋਤੇ ਕਿ ਕਿਤਨੇ ਹੋਤੇ ਹੈ? ਇਸਮੇਂ ਵੀ 4 ਸੁਰਾਖ ਹੋਤੇ ਹੈ, 3 ਨੀਚੇ ਹੋਤੇ ਹੈ ਔਰ ਇੱਕ ਬਹੁਤ ਛੋਟਾ ਸਾ ਸੁਰਾਖ ਨਾਭੀ ਮੇਂ ਹੋਤਾ ਹੈ, ਲੇਕਿਨ ਵੋ 3 ਨੀਚੇ ਇਤਨੇ ਨੀਚੇ ਹੋਤੇ ਹੈ ਕਿ ਵੋ ਨਜ਼ਰ ਨਹੀਂ ਆਤੇ ਹੈ ਔਰ ਨਾਭੀ ਵਾਲਾ ਸੁਰਾਖ ਕੇਵਲ 5 ਮਿਲੀਮੀਟਰ ਕਾ ਹੋਤਾ ਹੈ, ਵੋ ਵੀ ਨਾਭੀ ਕੇ ਅੰਦਰ, ਤੋ ਵੋ ਜਬ ਸਕਾਰ ਹੀਲ ਹੋ ਜਾਤਾ ਹੈ, ਭਰ ਜਾਤਾ ਹੈ, ਤੋ ਬਿਲਕੁਲ ਨਜ਼ਰ ਨਹੀਂ ਆਤਾ। ਇਸਕੋ ਨਾਮ ਕਿਆ ਦਿਆ ਆਪਨੇ ਇਸ ਸਰਜਰੀ ਕੋ? ਇਸ ਸਰਜਰੀ ਕੋ ਹਮਨੇ ਬਿਕਨੀ ਲੈਪਰੋਸਕੋਪਿਕ ਕੋਲੀਸਿਸਟੈਕਟਮੀ ਨਾਮ ਦਿਆ ਹੈ। ਜੋ ਪਹਿਲੇ ਲੈਪਰੋਸਕੋਪੀ ਹੋਤੀ ਸੀ ਬਹੁਤ ਜ਼ਿਆਦਾ ਸੇਫ ਥੀ ਕਿ ਜੇ ਜ਼ਿਆਦਾ ਸੇਫ ਹੈ? ਦੇਖੀਏ, ਇਹ ਲੈਪਰੋਸਕੋਪ ਜੋ ਪਹਿਲੀ ਵਾਲੀ ਸੇਫ ਹੈ, ਉਸਕੋ ਹਮ ਕਹਤੇ ਹੈ ਗੋਲਡ ਸਟੈਂਡਰਡ ਹੈ, ਕਿਸੀ ਵੀ ਪੱਥਰੀ ਕੋ ਨਿਕਾਲਨੇ ਕੇ ਲੀਏ ਹਮ ਜੋ ਪਹਿਲੇ ਵਾਲੀ ਸਰਜਰੀ ਕੋ ਗੋਲਡ ਸਟੈਂਡਰਡ ਮਾਨਤੇ ਥੇ। ਤੋ ਜਬ ਇਹ ਸਰਜਰੀ ਹਮਨੇ ਸ਼ੁਰੂ ਕੀ ਤੋ ਸ਼ੁਰੂ ਸ਼ੁਰੂ ਮੇਂ ਹਮੇ ਤੋ ਥੋੜੀ ਜਿਹੀ ਕਠਿਨਾਈ ਜ਼ਰੂਰ ਹੋਈ ਕਿਉਂਕਿ ਇਸਮੇਂ ਹਮਾਰੇ ਇੰਸਟਰੂਮੈਂਟ ਲੰਬੇ ਥੇ ਔਰ ਅਪਰੋਚ ਡਿਫਰੈਂਟ ਥੀ, ਲੇਕਿਨ ਅਬ ਜਬਸੇ ਹਮ ਇਤਨੇ ਹਮਨੇ ਤਕਰੀਬਨ 40 ਕੇਸ ਹਮ ਕਰ ਚੁਕੇ ਹੈ, ਤੋ ਉਸ ਕਰਨੇ ਕੇ ਬਾਅਦ ਅਬ ਇਹ ਸਰਜਰੀ ਅਬ ਲਗਭਗ ਬਿਲਕੁਲ ਐਸੀ ਹੀ ਉਤਨੀ ਹੀ ਸੇਫ ਹੈ ਜਿਤਨੀ ਕਨਵੈਂਸ਼ਨਲ ਲੈਪਰੋਸਕੋਪਿਕ ਕੋਲੀਸਿਸਟੈਕਟਮੀ ਹੈ। ਲੇਕਿਨ ਹਾਂ, ਇੱਕ ਚੀਜ਼ ਕਾ ਜ਼ਰੂਰ ਹਮ ਧਿਆਨ ਰੱਖਤੇ ਹੈ ਕਿ ਕਭੀ ਵੀ ਆਪਰੇਸ਼ਨ ਕਰਤੇ ਟਾਈਮ ਜਬ ਵੀ ਹਮੇ ਜਰਾ ਸੀ ਵੀ ਅਗਰ ਡਿਫੀਕਲਟੀ ਨਜ਼ਰ ਆਤੀ ਹੈ ਤੋ ਹਮ ਉਸਕੋ ਤੁਰੰਤ ਕਨਵਰਟ ਕਰ ਲੇਤੇ ਹੈ ਕਨਵੈਂਸ਼ਨਲ ਮੇਂ। ਤੋ ਪੇਸ਼ੈਂਟ ਕੀ ਸੇਫਟੀ ਹਮੇਸ਼ਾ ਹਮਾਰੇ ਲੀਏ ਸਰਵੋਪਰੀ ਹੋਤੀ ਹੈ, ਉਸਮੇਂ ਅਗਰ ਹਮ ਕੋਈ ਵੀ ਕੰਪਰੋਮਾਈਜ਼ ਨਹੀਂ ਕਰਤੇ। ਜੀ, ਅੱਛਾ, ਇੱਕ ਸਭਸੇ ਵੱਡੀ ਬਾਤ ਹੈ ਕਿ ਜੈਸੇ ਪਹਿਲੇ ਇੱਕ ਦਿਨ ਮੇਂ ਛੁੱਟੀ ਹੋ ਜਾਤੀ ਥੀ ਜੈਸੇ ਲੈਪਰੋਸਕੋਪੀ, ਇਸਮੇਂ ਵੀ ਇਤਨੇ ਟਾਈਮ ਪੀਰੀਅਡ ਹੈ ਕਿ ਇਸ ਥੋੜ੍ਹਾ ਕਮ ਹੈ ਕਿ ਜ਼ਿਆਦਾ ਹੈ? ਨਹੀਂ, ਇਸਮੇਂ ਵੀ ਟਾਈਮ ਪੀਰੀਅਡ ਉਤਨਾ ਹੀ ਹੈ, ਬੇਸਿਕਲੀ ਅੰਦਰ ਆਪਰੇਸ਼ਨ ਪੇਟ ਕੇ ਅੰਦਰ ਵਹੀ ਹੋਤਾ ਹੈ ਜੈਸਾ ਕਨਵੈਂਸ਼ਨਲ ਲੈਪਰੋਸਕੋਪਿਕ ਕੋਲੀਸਿਸਟੈਕਟਮੀ ਮੇਂ ਹੋਤਾ ਹੈ, ਵਹੀ ਆਪਰੇਸ਼ਨ ਹੋਤਾ ਹੈ, ਕੇਵਲ ਇਸਮੇਂ ਅਪਰੋਚ ਡਿਫਰੈਂਟ ਹੈ, ਉਸਮੇਂ ਉੱਪਰ ਸੇ ਹਮ ਡਾਲਤੇ ਥੇ ਚਾਰੋਂ ਇਹ ਜੋ ਇੰਸਟਰੂਮੈਂਟ, ਇਸਮੇਂ ਬਿਲਕੁਲ ਨੀਚੇ ਸੇ ਡਾਲਤੇ ਹੈ, ਤੋ ਇਸਮੇਂ ਵੀ ਹਮ ਪੇਸ਼ੈਂਟ ਕੋ ਉਸੀ ਦਿਨ ਡਿਸਚਾਰਜ ਕਰ ਦੇਤੇ ਹੈ। ਜੀ, ਅੱਛਾ, ਇੱਕ ਥੋੜਾ ਸਾ ਅਲੱਗ ਸੇ ਹੈ, ਜੈਸੇ ਜੋ ਪਥਰੀ ਸਟੋਨਸ ਹੈ ਉਹ ਪੈਨ ਕਿਰਿਆ ਕੋ ਵੀ ਡਿਸਟਰਬ ਕਰ ਦੇਤੀ ਹੈ, ਜਿਨਕੀ ਪੈਨ ਕਿਰਿਆ ਡਿਸਟਰਬ ਹੈ ਬਾਈ ਚਾਂਸ, ਉਨਕੀ ਫਿਰ ਕੈਸੇ ਸਰਜਰੀ ਕਰਤੇ ਹੋ? ਦੇਖੀਏ, ਜਿਨ ਪੇਸ਼ੈਂਟਸ ਕੇ ਪੈਂਕਰੀਆਸ ਮੇਂ ਪ੍ਰੋਬਲਮ ਹੈ ਪਥਰੀ ਕੀ ਵਜ੍ਹਾ ਸੇ, ਤੋ ਉਨਮੇਂ ਹਮ ਕਨਵੈਂਸ਼ਨਲ ਵੀ ਨਹੀਂ ਕਰਤੇ ਹੈ ਔਰ ਇਹ ਵੀ ਨਹੀਂ ਕਰਤੇ ਹੈ ਉਸ ਟਾਈਮ ਜਬ ਉਨਕੇ ਪੈਂਕਰੀਆਸ ਮੇਂ ਸੂਜਨ ਹੋਤੀ ਹੈ, ਤੋ ਉਸੇ ਹਮ ਕਹਤੇ ਹੈ ਗੋਲ ਸਟੋਨ ਪੈਂਕਰੀਟਾਈਟਿਸ। ਐਸੇ ਪੇਸ਼ੈਂਟਸ ਮੇਂ ਜਬ ਐਕਿਊਟ ਹੋਤਾ ਹੈ ਤੋ ਹਮ ਸਰਜਰੀ ਕੋ 4 ਸੇ ਲੇਕਰ 6 ਹਫ਼ਤੇ ਤੱਕ ਨਹੀਂ ਕਰਤੇ ਹੈ, ਅਗਰ ਐਕਿਊਟ ਹੋਤਾ ਹੈ ਤੋ ਉਸਮੇਂ ਜਬ ਵੋ ਉਸਕੀ ਸੂਜਨ ਕਮ ਹੋ ਜਾਤੀ ਹੈ ਉਸਕੇ ਬਾਅਦ ਫਿਰ ਇਹ ਸਰਜਰੀ ਕਰਤੇ ਹੈ, ਤੋ ਉਹ ਵੈਸ ਉਨ ਕੇਸਿਸ ਮੇਂ ਹਮ ਕਨਵੈਂਸ਼ਨਲ ਲੈਪਰੋਸਕੋਪਿਕ ਕੋਲੀਸਿਸਟੈਕਟਮੀ ਕਰੇਂਗੇ, ਯੇ ਨਹੀਂ ਕਰੇਂਗੇ। ਜੀ, ਮੈਂ ਯੂ ਮੀਨ ਟੂ ਸੇ ਮੈਨੇ ਪਹਿਲੇ ਪੈਨਕਰੀਆ ਠੀਕ ਕਰੇਗੇ ਉਸਕੇ ਬਾਅਦ ਲੈਪਰੋਸਕੋਪੀ? ਬਿਲਕੁਲ, ਪੈਨਕਰੀਆਸ ਕੀ ਜਬ ਸੂਜਨ ਠੀਕ ਹੋ ਜਾਏਗੀ ਉਸਕੇ ਬਾਅਦ ਹੀ ਹਮ ਲੈਪਰੋਸਕੋਪਿਕ ਕੋਲੀਸਿਸਟੈਕਟਮੀ ਕਰਤੇ ਹੈ ਅਗਰ ਵੋ ਐਕਿਊਟ ਗੋਲਸਟੋਨ ਪੈਂਕਰੀਟਾਈਟਿਸ ਕਾ ਕੇਸ ਹੈ। अच्छा, एज फैक्टर क्या रहता है इसमें? एज फैक्टर किसी भी एज में इस सर्जरी को किया जा सकता है। जी, बिल्कुल, ज़्यादातर लोग पसंद जो यंग पेशेंट है वो ज़्यादा इसको प्रेफर करते हैं जिससे, क्योंकि इसकी कॉस्मेटिक रीजन से, अदरवाइज ये किसी भी एज में किया जा सकता है। जिन पेशेंट्स के नीचे सीजरन सेक्शन हो चुके हैं उनके भी ये ऑपरेशन किया जा सकता है, केवल अगर पेशेंट बहुत ज़्यादा बल्कि है, वेट बहुत ज़्यादा है, तो उनमें थोड़ी सी दिक्कत ज़रूर आती है टेक्निकली। अदरवाइज अगर पेशेंट को हार्ट, लंग और किडनी की ऐसी कोई प्रॉब्लम नहीं है जिसकी वजह से उसका ऑपरेशन ना किया जा सकता, अगर वो उस तरह से ठीक है तो तकरीबन सारे पेशेंट में हम कर सकते थे। लेकिन अगर पेशेंट बहुत ज़्यादा ओबीज है जिसका कि BMI तकरीबन 35 या 40 है, उनमें थोड़ी डिफ़िकल्टी होती है, फिर हम उनमें नहीं करते हैं इसको। थैंक यू।